ਸਤ ਸ੍ਰੀ ਅਕਾਲ ਤੁਸੀਂ ਲੋਕ ਰਾਣ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਕਿਸਾਨੀ ਅੰਦੋਲਨ ਨੂੰ ਲੈ ਕੇ ਜਿੱਥੇ ਇੱਕ ਪਾਸੇ ਸਰਕਾਰ ਦੇ ਨਾਲ ਤੇ ਸੁਪਰੀਮ ਕੋਰਟ ਦੇ ਨਾਲ ਮੱਥਾ ਲੱਗਿਆ ਹੋਇਆ ਕਿਸਾਨਾਂ ਦਾ ਤਾਂ ਦੂਜੇ ਪਾਸੇ ਜਿਹੜਾ ਉਹ ਸਿਆਸਤ ਜਿਹੜੀ ਉਹ ਲਗਾਤਾਰ ਭਾਰੂ ਹੋ ਰਹੀ ਹੈ ਭਾਜਪੀ ਉਮੀਦਾਂ ਇਹੀ ਜਿਤਾ ਰਹੀ ਹੈ ਕਿ ਅਸੀਂ 2022 ਚ ਸਰਕਾਰ ਬਣਾਉਣੀ ਹੈ ਤੇ ਲਗਾਤਾਰ ਇਲਜ਼ਾਮ ਜਿਹੜੇ ਨੇ ਕਿਸਾਨਾਂ ਦੇ ਉੱਤੇ ਹੁਣ ਜਿਵੇਂ ਫੇਸਬੁੱਕ ਦੇ ਉੱਤੇ ਟ੍ਰੈਂਡ ਕਰਨ ਲੱਗ ਗਿਆ ਕਿ ਜੇ ਤੁਸੀਂ ਕਿਸਾਨਾਂ ਨੂੰ ਖਾਲਸਤਾਨੀ ਕਹਿੰਦੇ ਹੋ ਤਾਂ ਅਸੀਂ ਵੀ ਖਾਲਸਤਾਨੀ ਆ ਇਸ ਤਰੀਕੇ ਦੇ ਨਾਲ ਜਿਹੜਾ ਜਵਾਬ ਦਿੱਤਾ ਜਾ ਰਿਹਾ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਦੇ ਵਿੱਚ ਗੱਲ ਹੋਈ ਸੀ ਕਿ ਉੱਤੇ ਖਾਲਸਤਾਨੀ ਦੀ ਸ਼ਮੂਲੀਅਤ ਹੈ ਕਿਸਾਨ ਵੀ ਇਹ ਗੱਲ ਕਹਿੰਦੇ ਨੇ ਕਿ ਜੇਕਰ ਤੁਹਾਨੂੰ ਕੋਈ ਇਹੋ ਜਿਹਾ ਦਿਖਦਾ ਸ਼ਰਾਰਤੀ ਅੰਸਰ ਤਾਂ ਉਹਨੂੰ ਸਾਹਮਣੇ ਲਿਆ ਕੇ ਬੇਨਕਾਬ ਕਰੋ ਫਿਰ ਤਾਂ ਤੁਸੀਂ ਫੇਲ ਸਾਬਤ ਹੋ ਰਹੇ ਹੋ ਜੇ ਤੁਹਾਡੀਆਂ ਸੁਰੱਖਿਆ ਏਜੰਸੀਆਂ ਨੂੰ ਇਹੀ ਨਹੀਂ ਪਤਾ ਕਿ ਇੱਥੇ ਚੱਲ ਕੀ ਰਿਹਾ ਦੂਜੀ ਗੱਲ ਇਹ ਕਿ ਇਹ ਸਭ ਦੇ ਵਿਚਾਲੇ ਜਦੋਂ ਸਿਆ ਹੁੰਦੀ ਹੈ ਤਾਂ ਅਕਾਲੀ ਦਲ ਅਤੇ ਕਾਂਗਰਸ ਤੇ ਵੀ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ ਜਦੋਂ ਕਿਸਾਨ ਵਿਰੋਧ ਕਰਦੇ ਨੇ ਤਾਂ ਉਹਨਾਂ ਨੂੰ ਕਾਮਰੇਡ ਕਹਿ ਦਿੱਤਾ ਜਾਂਦਾ ਆ ਇਸ ਤਰੀਕੇ ਦੇ ਨਾਲ ਲਗਾਤਾਰ ਪਰਚੇ ਵੀ ਹੋ ਰਹੇ ਨੇ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਖਬਰਾਂ ਜੜੀਆਂ ਨੇ ਉਹ ਖਬਰਾਂ ਟੌਪੀਆਂ ਦੇ ਵਿੱਚ ਚਰਚਾ ਦੇ ਵਿੱਚ ਅੱਜ ਜੜੀਆਂ ਅਖਬਾਰਾਂ ਦੇ ਵਿੱਚ ਨਜ਼ਰ ਆ ਰਹੀਆਂ ਨੇ ਮੇਰੇ ਨਾਲ ਇਹ ਸਭ ਉੱਤੇ ਗੱਲਬਾਤ ਕਰਨ ਲਈ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ ਪਰਮਿੰਦਰ ਜੀ ਸਵਾਗਤ ਸੱਚੀ ਗੱਲ ਜੀ ਸਾਰਿਆਂ ਨੂੰ ਸੁਖਵਿੰਦਰ ਜੀ ਧੰਨਵਾਦ ਹੈ ਤੁਹਾਡਾ ਵੀ ਜੀ ਪਰ ਮੈਂ ਜੀ ਸਭ ਤੋਂ ਪਹਿਲਾਂ ਤਾਂ ਅੱਜ ਲੋੜੀ ਹੈ ਲੋੜੀ ਨੂੰ ਲੈ ਕੇ ਕਿਸਾਨ ਜਿਹੜੇ ਨੇ ਖੇਤੀ ਕਾਨੂੰਨਾਂ ਦੇ ਬਿੱਲ ਉਹਨਾਂ ਨੂੰ ਫੂਕਣਗੇ ਜਿਹੜੇ ਕਾਨੂੰਨ ਬਣਾਏ ਗਏ ਨੇ ਹਰ ਥਾਂ ਤੇ ਲੋੜੀ ਇਸੇ ਕਰਕੇ ਮਨਾਈ ਜਾ ਰਹੀ ਹੈ ਕਿਸਾਨ ਕਹਿੰਦੇ ਨੇ ਕਿ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਵਿਰੋਧ ਕਰਦੇ ਆ ਇਹ ਸਭ ਨੂੰ ਕਿੱਦਾਂ ਦੇਖ ਦੂ ਪਹਿਲਾਂ ਬਿਲਕੁਲ ਦੇਖੋ ਜਿਹੜਾ ਪਿਛਲਾ ਸਾਲ ਰਿਹਾ 2020 ਜਾਂ ਆ ਹੁਣ ਨਵਾਂ ਚੜਿਆ ਪਹਿਲਾ ਤਿਹਾਰ ਜਿਹੜਾ ਆ ਜਾਂਦਾ ਠੰਡ ਦਾ ਹੁੰਦਾ ਹੈ ਤੇ ਇਹਨੂੰ ਇਹਨੂੰ ਵੀ ਜਿਹੜੇ ਕਿਸਾਨ ਨੇ ਵਿਚਾਰੇ ਸੜਕਾਂ ਦੇ ਉੱਤੇ ਮਨਾਉਣ ਲਈ ਮਜਬੂਰ ਹੋ ਰਹੇ ਨੇ ਆਪਣੇ ਘਰਾਂ ਤੋਂ ਬਾਹਰ ਬੱਚਿਆਂ ਤੋਂ ਪਰੇ ਐਂ ਕਹਿ ਲੋ ਜਾਂ ਬੱਚੇ ਵੀ ਉੱਥੇ ਆਪਣੇ ਹੱਕਾਂ ਲਈ ਲੜ ਰਹੇ ਨੇ ਲੋਹੜੀ ਮਨਾ ਰਹੇ ਨੇ ਅ ਗੱਲ ਤਾਂ ਇੰਨੀ ਹੈ ਕਿ ਜਿੱਦਾਂ ਕਾਲੇ ਕਾਨੂੰਨ ਆਏ ਨੇ ਇਹ ਜਾਂ ਸਰਕਾਰ ਦਾ ਜੋ ਰਵੱਈਆ ਰਿਹਾ ਹੁਣ ਤੱਕ ਦਾ ਆਪਾਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੇ ਸਟੈਪ ਬਾਈ ਸਟੈਪ ਹਰ ਇੱਕ ਚੀਜ਼ ਨੂੰ ਵਰਤਿਆ ਹੁਣ ਕੋਰਟ ਤੱਕ ਵੀ ਪਹੁੰਚ ਹੋ ਗਈ ਪਤਾ ਹੀ ਲੱਗ ਗਿਆ ਜਿੱਦਾਂ ਦਾ ਫੈਸਲਾ ਆਇਆ ਭਾਵੇਂ ਕਿ ਇੱਕ ਨੈਤਿਕਤਾ ਦੇ ਤੌਰ ਤੇ ਕਹਿ ਸਕਦੇ ਆਪਾਂ ਕਿ ਇੱਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਕੁਛ ਨਾ ਕੁਛ ਪੱਲੇ ਪਿਆ ਕਿ ਚਲੋ ਫਿਲਹਾਲ ਸਟੇ ਤਾਂ ਹੋ ਗਿਆ ਰੋਕ ਤਾਂ ਲੱਗੀ ਕਿਸੇ ਤਰੀਕੇ ਲੱਗੀ ਤੇ ਅੰਦੋਲਨ ਦਾ ਚੱਲਦਾ ਰਹੂਗਾ ਲੇਕਿਨ ਜੋ ਜਿੱਦਾਂ ਜਿੱਦਾਂ ਸਰਕਾਰ ਦਾ ਆਪਾਂ ਗੱਲ ਕਰਦੇ ਸੀ ਕਦਮ ਕਦਮ ਦਰ ਕਦਮ ਆਪਾਂ ਕਹਿ ਲਓ ਕਿ ਕਿਸ ਤਰ੍ਹਾਂ ਵਰਤਿਆ ਜਾ ਰਿਹਾ ਉਹਨਾਂ ਨੂੰ ਕਿਵੇਂ ਪ੍ਰਸ਼ਾਸਨ ਨੂੰ ਵਰਤਿਆ ਕਿਵੇਂ ਆਪਣੀਆਂ ਸਰਕਾਰਾਂ ਨੂੰ ਵਰਤਿਆ ਕਿਵੇਂ ਲੋਕਾਂ ਦੇ ਉੱਤੇ ਰੋਕ ਲਾਈ ਕਿਵੇਂ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰਾ ਕੁਝ ਦੇਖਦੇ ਆ ਕਿਸਾਨਾਂ ਦੇ ਲਈ ਇਹ ਵਾਰਾ ਵੀ ਜਿਹੜਾ ਸ਼ੁਰੂ ਸ਼ੁਰੂਆਤ ਦੇ ਤੌਰ ਤੇ ਮਾੜਾ ਜੜਿਆ ਫਿਲਹਾਲ ਦੀ ਘੜੀ ਆਪਾਂ ਕਹਿ ਸਕਦੇ ਆ ਤੇ ਹਾਲੇ ਵੀ ਕੋਈ ਆਸ ਨਹੀਂ ਕਿ ਇਹ ਸੰਘਰਸ਼ ਜਿਹੜਾ ਹੈ ਕਿੰਨਾ ਲੰਬਾ ਜਾ ਸਕਦਾ ਜੇ ਆਪਾਂ ਤਿਉਹਾਰਾਂ ਦੀ ਗੱਲ ਕਰੀਏ ਦੇਖੋ ਤਿਉਹਾਰ ਜਦੋਂ ਦਸਹਿਰਾ ਆਇਆ ਉਦੋਂ ਵੀ ਲੋਕਾਂ ਨੇ ਇਹਨਾਂ ਦੇ ਪੁਤਲੇ ਫੁਕੇ ਸਰਕਾਰਾਂ ਦੇ ਪੁਤਲੇ ਫੁਕੇ ਸਭ ਕੁਝ ਬਦਲਦਾ ਜਾ ਰਿਹਾ ਸੋਚ ਬਦਲਦੀ ਜਾ ਰਹੀ ਹੈ ਅੱਗੇ ਜਾ ਕੇ ਜਿਸ ਤਰ੍ਹਾਂ ਸਰਕਾਰ ਦੀ ਤਾਨਾਸ਼ਾਹੀ ਹੈ ਅੱਗੇ ਜਾ ਕੇ ਕਿਸਾਨ ਕਹਿੰਦੇ ਨੇ ਕਿ ਅਸੀਂ ਵਿਸਾਖੀ ਤੱਕ ਵੀ ਬੈਨ ਨੂੰ ਤਿਆਰਾਂ ਵਿਸਾਖੀ ਤਾਂ ਛੱਡੋ 2024 ਤੱਕ ਬੈਨ ਨੂੰ ਤਿਆਰ ਹੈ ਅੰਦੋਲਨ ਜਿਹੜਾ 2024 ਤੱਕ ਚੱਲੂਗਾ ਸਰਕਾਰ ਦਾ ਤਖਤਾਂ ਪਲਟਾ ਕੇ ਕਹਿੰਦੇ ਮੜਾਂਗੇ ਜੇ ਗੱਲ ਨਹੀਂ ਬਣਦੀ ਤਾਂ ਨਹੀਂ ਬਿਲਕੁਲ ਜਿਹੜੇ ਪੁਤਲੇ ਫੁਕੇ ਜਾ ਰਹੇ ਨੇ ਜਾਂ ਹੁਣ ਅੱਜ ਲੋਹੜੀ ਵਾਲੀ ਜਾਂਦੀ ਹੈ ਉਹਦੇ ਵਿੱਚ ਕਾਨੂੰਨਾਂ ਦੀ ਕਾਪੀਆਂ ਸਾੜੀਆਂ ਜਾਣਗੀਆਂ ਜਾਂ ਪੁਤਲੇ ਸਾੜੇ ਜਾਣਗੇ ਮინისტრਾਂ ਦੇ ਜਾਂ ਉਹ ਜਿਹਦੇ ਵਿੱਚ ਉਹ ਕਿਸਾਨ ਜੂਨੀਅਨ ਚਾਹੁੰਦੀਆਂ ਨੇ ਜਿਹੜਾ ਉਹਨਾਂ ਤੇ ਨਾਲ ਧੱਕਾ ਕਰ ਰਹੇ ਆ ਉਹਦਾਂ ਦੇ ਪੁਤਲੇ ਸਾੜ ਕੇ ਮਨਾਇਆ ਜਾ ਰਿਹਾ ਸੋ ਇਹ ਇਦਾਂ ਦੇ ਪਹਿਲੀ ਤਾਂ ਗੱਲ ਇੱਕ ਇਦਾਂ ਦੀ ਸਰਕਾਰ ਦਾ ਫਾਇਦਾ ਕੀ ਹੈ ਤਖਤਾ ਤਾਂ ਪਲਟਿਆ ਜਾਏਗਾ ਹੀ ਆਫਟਰ ਆਲ ਜਦੋਂ ਸਰਕਾਰ ਲੋਕਾਂ ਲਈ ਸਰਕਾਰ ਬਣੀ ਹੁੰਦੀ ਹੈ ਕਾਨੂੰਨ ਲੋਕਾਂ ਲਈ ਬਣਾਏ ਜਾਂਦੇ ਨੇ ਤੇ ਲੋਕਾਂ ਦੇ ਉੱਤੇ ਹੀ ਥੋਪੇ ਜਾ ਰਹੇ ਨੇ ਕਾਨੂੰਨ ਲੋਕਾਂ ਦਾ ਕਚੂਮਰ ਕੱਢਣ ਵਾਸਤੇ ਤੇ ਆਪਣੇ ਫਾਇਦੇ ਲਈ ਇਹ ਸਰਕਾਰਾਂ ਥੋੜੀ ਸਰਕਾਰਾਂ ਦੇ ਕੰਮ ਥੋੜੀ ਨੇ ਇਹ ਤਾਂ ਨਲਾਇਕੀ ਆ ਇਦਾਂ ਦੀ ਸਰਕਾਰਾਂ ਦਾ ਤਾਂ ਤੁਸੀਂ ਪਹਿਲਾਂ ਹੀ ਲੋਕ ਹੀ ਮਤਲਬ ਐਂ ਕਹਿ ਦੋ ਕਿ ਜੇ ਨੈਤਿਕਤਾ ਦੇ ਆਧਾਰ ਤੇ ਕੋਈ ਬੰਦਾ ਇਹੋ ਜੀਆਂ ਸਰਕਾਰਾਂ ਦੇ ਵਿੱਚ ਕੰਮ ਕਰ ਰਿਹਾ ਚਾਹੇ ਕੋਈ ਐਮ ਐਲ ਏ ਚਾਹੇ ਐਮ ਪੀ ਏ ਚਾਹੇ ਸੀ ਐਮ ਆ ਇਹਨਾਂ ਦਾ ਤੇ ਲੋਕਾਂ ਦੇ ਵਿੱਚ ਜਿਹੜਾ ਡਾਇਰੈਕਟ ਤੌਰ ਤੇ ਵੀਚਰਦਾ ਹਾਲਾਂਕਿ ਪ੍ਰਧਾਨ ਮੰਤਰੀ ਹੋរី ਜਿਹੜੇ ਨੇ ਉਹ ਨਹੀਂ ਆਂਦੇ ਲੋਕਾਂ ਦੇ ਵਿੱਚ ਨਾ ਤਾਂ ਰੈਲੀਆਂ ਕਰਦੇ ਨੇ ਸਟੇਜਾਂ ਦੇ ਉੱਤੇ ਉਹਨਾਂ ਨੇ ਨਹੀਂ ਬਚਣਾ ਪਰ ਜਿਨ੍ਹਾਂ ਨੇ ਘਰ ਘਰ ਜਾ ਕੇ ਵੋਟਾਂ ਮੰਗਣੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਲੋਕ ਆਪ ਜਾ ਕੇ ਕੰਮ ਕਰਾਉਣ ਲਈ ਅਪਰੋਚ ਕਰਦੇ ਨੇ ਜਾਂ ਉਹਨਾਂ ਦਾ ਸਾਥ ਦੇਣ ਲਈ ਦਿਨ ਰਾਤ ਇੱਕ ਕਰ ਦਿੰਦੇ ਨੇ ਪਿੰਡਾਂ ਦੇ ਵਿੱਚ ਮਿਹਨਤ ਕਰਦੇ ਨੇ ਸ਼ਹਿਰਾਂ ਦੇ ਮੁਹੱਲਿਆਂ ਗਲੀਆਂ ਦੇ ਵਿੱਚ ਮਿਹਨਤ ਕਰਦੇ ਨੇ ਉਹਨਾਂ ਦੀ ਵੋਟਾਂ ਮੰਗਦੇ ਨੇ ਉਹ ਡਾਇਰੈਕਟ ਸਬੰਧ ਹੁੰਦਾ ਉਹਨਾਂ ਦਾ ਤੇ ਉਹਨਾਂ ਨੂੰ ਤਾਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਣਾ ਚਾਹੀਦਾ ਸੀ ਇਸ ਸਰਕਾਰ ਤੋਂ ਕਿ ਜਿਹੜੀ ਸਰਕਾਰ ਇੰਨੇ ਲੱਖਾਂ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਤੱਕ ਕਰ ਰਹੀ ਹੈ ਪੈਸਾ ਖਰਚਦੀ ਹੈ ਬਦਨਾਮ ਕਰਨ ਵਾਸਤੇ ਉਹਨਾਂ ਦੇ ਦੁੱਖ ਦਰਦ ਸਮਝਣ ਲਈ ਜਾਂ ਉਹਨਾਂ ਦੇ ਪੱਖ ਵਿੱਚ ਖੜਨ ਲਈ ਕੁਝ ਵੀ ਨਹੀਂ ਕਰ ਰਹੀ ਸਰਕਾਰ ਉਹੋ ਜੀ ਸਰਕਾਰ ਦੇ ਵਿੱਚ ਰਹਿ ਕੇ ਕਰਨਗੇ ਕੀ ਇਹ ਵੀ ਹੈ ਨਾ ਕਿ ਕਿਸਾਨਾਂ ਨੂੰ ਉਕਸਾਇਆ ਵੀ ਜਾ ਰਿਹਾ ਮਨੋਰ ਲਾਲ ਖੱਟਰ ਜਿਹੜੇ ਨੇ ਹਰਿਆਣਾ ਦੇ ਮੁੱਖ ਮੰਤਰੀ ਦੁਸ਼ੰਤ ਚੋਟਾਲਾ ਉਪ ਮੁੱਖ ਮੰਤਰੀ ਅਮਿਤ ਸ਼ਾਹ ਨੂੰ ਮਿਲਦੇ ਨੇ ਫਿਰ ਬਿਆਨ ਦਿੰਦੇ ਨੇ ਕਿ ਸਾਡੀ ਸਰਕਾਰ ਨੂੰ ਕੋਈ ਕਤਰਾ ਨਹੀਂ ਜਦ ਕਿ ਪਿੰਡਾਂ ਦੇ ਵਿੱਚ ਉਹਨਾਂ ਨੂੰ ਇਵਨ ਤਾਂ ਕਿ ਉਹਦਾ ਹੈਲੀਕਾਪਟਰ ਨਹੀਂ ਉਤਰਨ ਦਿੱਤਾ ਹੁਣ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਂਦਾ ਬਾਈਕਾਟ ਚਾਰੇ ਪਾਸੇ ਆ ਇੱਕ ਹੋਰ ਖਬਰ ਮੈਂ ਸੁਣ ਰਿਹਾ ਸੀ ਕਹਿੰਦੇ ਗਣਤੰਤਰ ਦਿਹਾੜੇ ਤੇ ਸ਼ਾਇਦ ਹਰਿਆਣਾ ਦੇ ਵਿੱਚ ਤਸਵੀਰ ਕੁਝ ਹੋਰ ਹੀ ਹੋਏਗੀ ਜਿਹੜੇ ਤਿਰੰਗੇ ਝੰਡੇ ਨੇ ਉਹ ਇਸ ਵਾਰ ਜਿਹੜੇ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਉਹ ਨਹੀਂ ਲਹਿਰਾਉਂਦੇ ਨਜ਼ਰ ਆਉਣਗੇ ਇਹੋ ਜਿਹਾ ਕੁਝ ਹੈ ਬਿਲਕੁਲ ਉਦਾਂ ਦੇ ਖਬਰਾਂ ਆ ਰਹੀਆਂ ਨੇ ਕਿ ਜਿਹੜੇ ਮੰਤਰੀ ਨੇ ਜਾਂ ਜਿਹੜੇ ਸੀਐਮ ਹੋ ਰਹੇ ਉੱਥੇ ਖੱਟਰ ਨੇ ਹਰਿਆਣਾ ਦੇ ਵਿੱਚ ਤਾਂ ਉਹਨਾਂ ਵੱਲੋਂ ਝੰਡਾ ਨਹੀਂ ਲਹਿਰਾਇਆ ਜਾਊਗਾ ਉਹ ਕਹਿੰਦੇ ਕੋਈ ਹੋਰ ਹੀ ਲਹਿਰਾਉਣਗੇ ਜੋ ਪ੍ਰਸ਼ਾਸਨ ਦੇ ਅਧਿਕਾਰੀ ਹੈ ਜਿਹੜੇ ਉਹਨਾਂ ਦੀਆਂ ਡਿਊਟੀਆਂ ਲੱਗਣਗੀਆਂ ਤੇ ਇੱਕ ਗੱਲ ਇਹ ਦੂਜੀ ਗੱਲ ਇਹ ਇਹਨੂੰ ਆਪਾਂ ਕਹਿ ਸਕਦੇ ਆ ਕਿ ਅੰਦੋਲਨ ਦੇ ਕਾਰਨ ਇਹਨਾਂ ਨੂੰ ਅੰਦਰ ਲੁਕਣਾ ਪੈ ਗਿਆ ਅੰਦਰ ਫੜਨਾ ਪੈ ਗਿਆ ਹਾਲੇ ਵੀ ਸਰਕਾਰ ਬਚ ਰਹੀ ਹੈ ਹਾਲੇ ਵੀ ਸਰਕਾਰ ਨੂੰ ਕੋਈ ਖਤਰਾ ਨਹੀਂ ਫਿਰ ਇੱਕ ਗੱਲ ਹੋਰ ਦੇਖੋ ਤੁਸੀਂ ਇਹ ਦੱਸਣ ਦੇ ਲਈ ਇਹਨਾਂ ਨੂੰ ਦਿੱਲੀ ਕਿਉਂ ਜਾਣਾ ਪੈ ਰਿਹਾ ਬਿਲਕੁਲ ਵੀ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਦਸਿਆਂ ਚ ਟਾਲਾ ਜਾਂ ਜਿਹੜਾ ਖਤਰੇ ਹੈਗੇ ਨੇ ਇਹ ਸੀਐਮ ਇਹ ਦੱਸਣਾ ਉੱਥੇ ਜਾ ਰਹੇ ਨੇ ਦਿੱਲੀ ਕਿ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਖਤਰਾ ਨਹੀਂ ਤੁਸੀਂ ਘਰੇ ਬੈਠੋ ਬਿਲਕੁਲ ਜਦੋਂ ਖਤਰਾ ਹੈ ਹੀ ਨਹੀਂ ਤੁਸੀਂ ਉੱਥੇ ਦੱਸਣ ਕਿ ਜਾ ਰਹੇ ਹੋ ਹਾਜ਼ਰੀ ਭਰਨ ਜਾ ਰਹੇ ਹੋ ਉਹ ਉਹ ਗੱਲ ਇਹੀ ਹੈ ਕਿ ਇੱਥੇ ਉੱਥੇ ਮੋਦੀ ਦੀ ਟੀਮ ਕਿਸੇ ਦੀ ਸੁਣਨ ਲਈ ਤਿਆਰ ਹੀ ਨਹੀਂ ਆ ਪਿੱਛੇ ਜੇ ਸੋਸ਼ਲ ਮੀਡੀਆ ਤੇ ਵੀ ਗੱਲਾਂ ਹੁਣ ਸ਼ੁਰੂ ਹੋ ਗਈਆਂ ਨੇ ਕਿ ਆਪਸੀ ਭਾਜਪਾ ਦਾ ਵੱਡਾ ਜਿਹੜਾ ਸੈਂਟਰ ਦੇ ਵਿੱਚ ਕੈਬਨਟ ਹੈ ਜਿਹੜੀ ਸੈਂਟਰ ਦੀ ਉਹਦੇ ਵਿੱਚ ਔਰ ਮੋਦੀ ਦੀ ਟੀਮ ਦੇ ਵਿੱਚ 파ੜਾ ਪੈਣਾ ਸ਼ੁਰੂ ਹੋ ਗਿਆ ਅੰਦਰ ਖਾਤੇ ਤੁਹਾਨੂੰ ਆਪਾਂ ਨੂੰ ਪਤਾ ਹੀ ਆ ਅੰਦਰ ਖਾਤੇ ਜਿਹੜੇ ਗਰੁੱਪ ਬਣੇ ਹੋਏ ਨੇ ਜਿਵੇਂ ਲਾਲ ਕ੍ਰਿਸ਼ਨ ਰਵਾਨੀ ਹੋ ਰਹੀ ਨੇ ਜਾਂ ਰਾਜਨਾਥ ਸਿੰਘ ਹੋ ਰਿ ਨੇ ਸਿੱਧੇ ਤੌਰ ਤੇ ਆ ਹੀ ਨਹੀਂ ਰਹੇ ਮੀਟਿੰਗਾਂ 'ਚ ਇਹਨਾਂ ਨੂੰ ਹਿੱਸਾ ਨਹੀਂ ਬਣਾਇਆ ਜਾ ਰਿਹਾ ਹੋਰ ਵੀ ਬਹੁਤ ਸਾਰੇ ਮੰਤਰੀ ਨੇ ਜਿਹੜੇ ਵੱਡੇ-ਵੱਡੇ ਰੌਲਾ ਪਾਉਂਦੇ ਸੀਗੇ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਆ ਸੈਂਟਰ ਦੇ ਵਿੱਚ ਤਾਂ ਇੱਥੋਂ ਤੱਕ ਕਿ ਦਮਗਜੇ ਮਾਰੇ ਜਾਂਦੇ ਸੀ ਚੂੜੀਆਂ ਤੱਕ ਪੇਸ਼ ਕੀਤੀਆਂ ਜਾਂ ਨੰਗੇ ਢੜ ਹੋਏ ਮਹਿੰਗਾਈ ਦੇ ਖਿਲਾਫ ਬੋਲਦੇ ਰਹੇ ਇਹਨਾਂ ਦੇ ਲੇਡੀਜ਼ ਐਮ ਐਲ ਏ ਐਮ ਪੀ ਜੀ ਜਿਹੜੀਆਂ ਹੁਣ ਬਣੀਆਂ ਹੋਈਆਂ ਨੇ ਠੀਕ ਹੈ ਉਹ ਬੜਾ ਬੋਲਦੀਆਂ ਰਹੀਆਂ ਸਰਕਾਰਾਂ ਬਾਰੇ ਚਾਹੇ ਕਿਸੇ ਦੀ ਸਰਕਾਰ ਹੋਵੇ ਆਪਾਂ ਕਾਂਗਰਸ ਦੀ ਗੱਲ ਕਰ ਤਾਂ ਕਰ ਰਹੇ ਹਾਂ ਉਸ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਤੇ ਉਹ ਉਹ ਵੀ ਚੁੱਪ ਬੈਠੇ ਨੇ ਜਾਨੀ ਕਿ ਵਰਗ ਉਹਨਾਂ ਦਾ ਆਪ ਦਾ ਢੜਾ ਇੱਕ ਜਿਹੜਾ ਮੋਦੀ ਟੀਮ ਤੋਂ ਥੋੜਾ ਵੱਖਰਾ ਹੈ ਲੇਕਿਨ ਭਾਜਪਾ ਦਾ ਹਿੱਸਾ ਆਰਐਸਐਸ ਦਾ ਹਿੱਸਾ ਜਾਂ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਹਿੱਸਾ ਹੈ ਜਿਹੜਾ ਉਹ ਵੀ ਦੁਖੀ ਆ ਦੋ ਢੜੇ ਹੈਗੇ ਨੇ ਪਰ ਚੁੱਪ ਪਤਾ ਨਹੀਂ ਕਿਉਂ ਨੇ ਐਡਾ ਕਿੱਡਾ ਕ ਦਿਵਾ ਆ ਇੱਕ ਢੜੇ ਦਾ ਕਿ ਦੂਜਾ ਢੜਾ ਬਿਲਕੁਲ ਸ਼ਾਂਤ ਬੈਠਾ ਘਟੂ ਘਟ ਚਲੋ ਠੀਕ ਹੈ ਅਸੀਂ ਕਹਿੰਨੇ ਆ ਕਿਸਾਨ ਕਿਸਾਨਾਂ ਦੇ ਹੱਕ 'ਚ ਤੁਸੀਂ ਨਹੀਂ ਬੋਲਣਾ ਬੀਜੇਪੀ ਹੈ ਆਪਣੀ ਟੀਮ ਦੇ ਹੱਕ 'ਚ ਤਾਂ ਬੋਲਦੇ ਨਾ ਉਹਦੇ ਹੱਕ 'ਚ ਵੀ ਨਹੀਂ ਬੋਲਣ ਜਾ ਰਹੇ ਕੋਈ ਬਿਆਨ ਨਹੀਂ ਦੇ ਰਿਹਾ ਤੇ ਉਹ ਕਿਉਂ ਨਹੀਂ ਦੇ ਰਿਹਾ ਐਡਾ ਵੱਡਾ ਦਬਾਅ ਕੀ ਹੈ ਇਹ ਜਿਹੜਾ ਖੱਟਰ ਵਰਗਿਆਂ ਨੂੰ ਉੱਥੇ ਜਾ ਕੇ ਦੱਸਣਾ ਪੈ ਰਿਹਾ ਵੀ ਸਾਡੀ ਸਰਕਾਰ ਨੂੰ ਕੋਈ ਖਤਰਾ ਨਹੀਂ ਜਾਂ ਜਿਹੜਾ ਦਿੱਲੀ ਜਾਂਦਾ ਹੈ ਮੰਤਰੀ ਜਿਆਣੀ ਵਰਗੇ ਜਾਂ ਹਰਜੀਤ ਗਰੇਵਾਲ ਹੋਰੀ ਵਰਗੇ ਇਹ ਜਾਂਦੇ ਨੇ ਜਾਂ ਆਂਦੇ ਇਹਨਾਂ ਦੀ ਬੋਲੀ ਬਦਲ ਜਾਂਦੀ ਹੈ ਮਤਲਬ ਕੁਛ ਨਾ ਕੁਛ ਤਾਂ ਹੈ ਕੁਛ ਐਡਾ ਵੱਡਾ ਦਬਾਅ ਐਡਾ ਵੱਡਾ ਲਾਲਚ ਜਾਂ ਐਡਾ ਵੱਡਾ ਕੀ ਕਹਿ ਸਕਦੇ ਆਪਾਂ ਉਹਨੂੰ ਵੀ ਮਸਕੰਜਾ ਕਸਿਆ ਹੋਇਆ ਉਹ ਸਮਝ ਨਹੀਂ ਆ ਰਿਹਾ ਵੀ ਉਹਦੇ ਵਿੱਚੋਂ ਬੀਜੇਪੀ ਵੀ ਕਿਵੇਂ ਨਿਕਲੇ ਉਹ ਉਹੀ ਹੈ ਨਾ ਜੋ ਸੈਂਟਰ ਨੇ ਕਹਤਾ ਉਹੀ ਬੋਲੀ ਆ ਕੇ ਪੰਜਾਬ ਵਿੱਚ ਬੋਲਣੀ ਪੈਂਦੀ ਜਾਂ ਆਪੋ ਆਪਣੇ ਸੂਬਿਆਂ ਦੇ ਲਈ ਬੋਲਣੀ ਪੈਂਦੀ ਕਿ ਅਸੀਂ ਸੇਫ ਆ ਭਾਵੇਂ ਕਿ ਕਿਸਾਨ ਵਿਰੋਧ ਕਰਦੇ ਨੇ ਕਿਸਾਨ ਇਹਨਾਂ ਨੂੰ ਉਤਰਨ ਨਹੀਂ ਦਿੰਦੇ ਕਿਸਾਨ ਇਹਨਾਂ ਨੂੰ ਘਰ ਚੋਂ ਬਾਹਰ ਨਹੀਂ ਨਿਕਲਣ ਦਿੰਦੇ ਪਰ ਫਿਰ ਵੀ ਇਹ ਕਹਿੰਦੇ ਨੇ ਕਿ ਨਹੀਂ ਸਾਡਾ ਬਚਾਇਆ ਉਹ ਤਸਵੀਰਾਂ ਜੋ ਅਖਬਾਰਾਂ ਵਿੱਚ ਲੱਗਦੀਆਂ ਜਾਂ ਰੋਜ਼ ਵੀਡੀਓ ਸਾਹਮਣੇ ਆਉਂਦੀਆਂ ਉਹ ਗਵਾਹ ਨੇ ਇਸ ਗੱਲ ਦੀਆਂ ਫਿਰ ਵੀ ਪ੍ਰਵਿੰਦਰ ਜੀ ਹੌਸਲਾ ਇਸ ਕਦਰ ਬੁਲੰਦਾ ਹੈ ਕਿ ਇਹ ਕਹਿੰਦੇ ਨੇ ਕਿ ਅਸੀਂ ਸਰਕਾਰ ਬਣਾ ਲੈਣੀ 2022 ਦੇ ਵਿੱਚ ਹੁਣ ਕਹਿੰਦੇ ਬੈਨਰ ਲੱਗਣ ਲਾ ਕੇ ਇੱਕ ਪਾਸੇ ਇਹਨਾਂ ਦਾ ਵਿਰੋਧ ਤੇ ਦੂਜੇ ਪਾਸੇ ਇਹ ਕਹਿੰ ਦੇਖੋ ਇਹ ਜਿਵੇਂ ਜਿਵੇਂ ਜਦੋਂ ਕੋਈ ਡਰ ਪਾਇਆ ਜਾਂਦਾ ਨਾ ਕਿਸੇ ਚੀਜ਼ ਦਾ ਤਾਂ ਇੱਕ ਇਹਨਾਂ ਦਾ ਆ ਆਪਾਂ ਕਹਿ ਲਓ ਇੱਕ ਅਜੰਡਾ ਕਹਿ ਲਓ ਜਾਂ ਇੱਕ ਮੋਟਿਵ ਕਹਿ ਲਓ ਜਾਂ ਇੱਕ ਪ੍ਰਚਲਿਤ ਧਾਰਨਾ ਕਹਦੋਂ ਵੀ ਜਦੋਂ ਲੋਕਾਂ ਦੇ ਵਿੱਚ ਇੱਕੋ ਗੱਲ ਬਾਰ-ਬਾਰ ਬਾਰ-ਬਾਰ ਕਰੀ ਜਾਉਂਦਾ ਹੈ ਉਹ ਜਿਹੜਾ ਝੂਠ ਹੁੰਦਾ ਉਹ ਵੀ ਸੱਚ ਦਿਸਣ ਲੱ ਜਾਂਦਾ ਹੈ ਹੁਣ ਇਹਨਾਂ ਨੇ ਉਹੀ ਗੱਲ ਕੀਤੀ ਵੀ ਸਮਾ ਭਾਵੇਂ ਹਲੇ ਹੈਗਾ 1 ਸਾਲ ਦਾ ਪਿਆ ਤੇ ਹੁਣ ਹੀ ਤੋਂ ਉਹ ਪੋਸਟਰ ਲਾਣੇ ਸ਼ੁਰੂ ਕਰਤੇ ਕਿ ਪਹੁੰਚੋਂਦਾ ਪੰਜਾਬ ਭਾਜਪਾ ਦੀ ਸਰਕਾਰ ਜਾਂ ਅਕਾਲੀ ਦਲ ਕਾਂਗਰਸ ਉਮ ਆ ਝਾੜੂ ਨੂੰ ਮਿਲੇਗਾ ਜਵਾਬ 2000 ਰੁਪਏ ਭਾਜਪਾ ਦਾ ਪੰਜਾਬ ਇਦਾਂ ਕਰਕੇ ਪੋਸਟਰ ਲਾ ਰਹੇ ਨੇ ਜਿਹੜੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਹੁਣ ਪਤਾ ਨਹੀਂ ਉਹਨਾਂ ਚ ਅਸਲੀਅਤ ਕੀ ਹੈ ਕਿੰਨੇ ਕ ਲੱਗੇ ਨੇ ਜਾਂ ਲੱਗੇ ਨੇ ਨਹੀਂ ਲੱਗੇ ਲੇਕਿਨ ਜੇ ਇਦਾਂ ਦਾ ਪ੍ਰਚਾਰ ਹੋਣੀ ਉਹਨਾਂ ਦੇ ਅੰਦਰ ਡਰ ਹੈ ਡਾਇਰੈਕਟ ਗੱਲ ਤਾਂ ਬੈਠ ਗਿਆ ਕਿ ਅਸੀਂ ਹੁਣ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਾਵਾਂਗੇ ਕਿਹੜਾ ਮੂੰਹ ਲੈ ਕੇ ਜਾਵਾਂਗੇ ਸਾਡੀ ਸਰਕਾਰ ਬਣੂਗੀ ਜਾਂ ਨਹੀਂ ਉਹਨੂੰ ਝੂਠਾ ਪ੍ਰਚਾਰ ਜਿਹੜਾ ਹੈਗਾ ਕਰਨਾ ਦਾ ਸ਼ੁਰੂ ਕਰਤਾ ਉਹ ਕਰਨਾ ਦਾ ਸ਼ੁਰੂ ਕਰੀਏ ਲੋਕਾਂ 'ਚ ਜਾਣ ਲਈ ਰਾਹ ਤਾਂ ਖੁੱਲੇ ਕੋਈ ਮਤਲਬ ਉਹੀ ਗੱਲ ਆ ਗਈ ਨਾ ਕਿ 100 ਵਾਰ ਝੂਠ ਮਾਰੋ ਕਿ ਲੋਕਾਂ ਨੂੰ ਸੱਚ ਲੱਗੇ ਜਿੰਨੀ ਵਾਰ ਮਰਜ਼ੀ ਮਾਰਨਾ ਭਾਈ ਇਹ ਤਾਂ ਮਾਰਨਗੇ ਤਾਂ ਸਹੀ ਹੁਣ 100 ਵਾਰ ਕੀ 1000 ਵਾਰ ਮਾਰਨਗੇ ਪਰ ਹੁਣ ਹੁਣ ਲੋਕ ਜਿਹੜੇ ਉੱਥੇ ਬੈਠੇ ਨੇ ਉਹ ਕਿਵੇਂ ਇਸ ਗੱਲ ਨੂੰ ਸੱਚ ਮੰਨ ਲੈਣਗੇ ਜੇ ਤਾਂ ਲੋਕ ਘਰਾਂ ਦੇ ਵਿੱਚ ਬੈਠੇ ਹੁੰਦੇ ਆ ਰਾਮ ਨਾਲ ਬੈਠੇ ਹੁੰਦੇ ਆਪਣੇ ਦਿਨ ਤਿਹਾਰ ਮਨਾ ਰਹੇ ਹੁੰਦੇ ਆਪਣੇ ਬੱਚਿਆਂ 'ਚ ਬੈਠ ਕੇ ਠੀਕ ਹੈ ਚਲੋ ਉਹਨਾਂ ਨੂੰ ਉੱਥੋਂ ਦਾ ਪਤਾ ਨਾ ਹੁੰਦਾ ਵੀ ਠੀਕ ਹੈ ਅਖਬਾਰੀ ਬਿਆਨ ਨੇ ਜਾਂ ਸੋਸ਼ਲ ਮੀਡੀਆ ਕਵਰੇ ਕੀ ਬੋਲੀ ਜਾਂਦਾ ਉਦਾਂ ਦਾ ਫਿਰ ਠੀਕ ਸੀਗਾ ਕਿ 50% 60% ਲੋਕ ਜਿਹੜੇ ਹੈਗੇ ਉਹ ਮੰਨ ਲੈਂਦੇ ਇਸ ਗੱਲ ਨੂੰ ਪਰ ਹੁਣ ਉੱਥੇ ਤਾਂ ਲੱਖਾਂ ਦੀ ਤਦਾਦ ਵਿੱਚ ਦੇਸ਼ ਭਰ ਤੋਂ ਲੋਕ ਆਏ ਬੈਠੇ ਨੇ ਪੰਜਾਬ ਦੀ ਗੱਲ ਕੀ ਕਰਦਿਓ ਉੱਥੇ ਦੇਸ਼ ਭਰ ਤੋਂ ਲੋਕ ਆਏ ਬੈਠੇ ਨੇ ਉਹਨਾਂ ਨੂੰ ਕਿਵੇਂ ਤੁਸੀਂ ਦੱਸੋਗੇ ਜਾ ਕੇ ਆਫਟਰ ਆ ਲੋ ਆ ਆਪਣੇ ਘਰਾਂ 'ਚ ਆਪ ਪ੍ਰੈਕਟੀਕਲ ਤੌਰ ਤੇ ਵਿਚਰਨਗੇ ਨਾ ਆ ਕੇ ਆਪਣੇ ਆੜ ਚ ਵਿਚਰਨਗੇ ਆਪਣੇ ਡਿਸਟ੍ਰਿਕਟ ਦਾ ਅੰਦਰ ਵਿਚਰਨਗੇ ਦੱਸਣਗੇ ਨਾ ਵੀ ਕੀ ਹਾਲਤ ਕੀਤੀ ਉੱਥੇ ਕਿਵੇਂ ਕੁੱਟਿਆ ਮਾਰਿਆ ਜਾ ਰਿਹਾ ਕਿਵੇਂ ਰੋਕਾਂ ਲਾਈਆਂ ਜਾ ਰਹੀਆਂ ਕਿਵੇਂ ਬਦਨਾਮ ਕਰਿਆ ਜਾ ਰਿਹਾ ਕਿਵੇਂ ਪਰਚੇ ਦੇਏ ਜਾਂਦੇ ਨੇ ਉਹ ਸਾਰਾ ਕੁਝ ਆਕੇ ਦੱਸਣਗੇ ਉਹਨਾਂ ਨੂੰ ਕਿਵੇਂ ਚਠਲਾਉਣਗੇ ਇਹ ਉਹ ਚੀਜ਼ ਬੜੀ ਔਖੀ ਆ ਲੇਕਿਨ ਇਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਆਪਣੇ ਵੱਲੋਂ ਤਾਂ ਘੱਟੋ ਘੱਟ ਹਿੱਸੇ ਪ੍ਰਾਣਨ ਕਿ ਅਸੀਂ ਕੀਤਾ ਤੇ ਸਾਨੂੰ ਆ ਮਿਲਿਆ ਜਾਂ ਨਹੀਂ ਮਿਲਿਆ ਕੀ ਮਿਲੂਗਾ ਜਾਂ ਆਸ ਤਾਂ ਲੈ ਕੇ ਚੱਲ ਰਹੇ ਆ ਬੰਦੇ ਪਰ ਉਹ ਆਸ ਕਿਸ ਬੇਸ ਤੇ ਆ ਜਾਂ ਉਹਦਾ ਰਿਜ਼ਲਟ ਕੀ ਨਿਕਲਣਾ ਸਮਾਂ ਦੱਸੂ ਆਗੇ ਬਿਲਕੁਲ ਇਸ ਮਸਲੇ ਦੇ ਉੱਤੇ ਜਦੋਂ ਸੁਪਰੀਮ ਕੋਰਟ ਦੇ ਵੀ ਸੁਣਵਾਈ ਹੁ ਸਪਰੀਮ ਕੋਰਟ ਦੇ ਫੈਸਲੇ ਨੂੰ ਕਿਸਾਨਾਂ ਨੇ ਕਿਹਾ ਤਾਂ ਕਿ ਅਸੀਂ ਨਹੀਂ ਮੰਨਦੇ ਜਿਹੜੀ ਕਮੇਟੀ ਬਣਾਈ ਹੈ ਕੈਪਟਨ ਸਰਕਾਰ ਨੂੰ ਕਿੱਦਾਂ ਦੇਖ ਦਿਓ ਕੈਪਟਨ ਸਾਹਿਬ ਕਹਿੰਦੇ ਕਿ ਅਸੀਂ ਇਹ ਤੇ ਸਮੀਖਿਆ ਕਰਾਂਗੇ ਸਾਡੀ ਮੰਤਰੀ ਮੰਡਲ ਵੱਲੋਂ ਦੂਜੀ ਗੱਲ ਇਹ ਕਿ ਏਜੀ ਨੂੰ ਕਹਿ ਦਿੱਤਾ ਗਿਆ ਕਿ ਉਹ ਵੀ ਇਸ ਦੀ ਪਰਚੋਲ ਕਰਨਗੇ ਕੀ ਕੁਝ ਫੈਸਲਾ ਆਇਆ ਪ੍ਰਤਾਪ ਸਿੰਘ ਬਾਜਵਾ ਦਾ ਵੀ ਅੱਜ ਜਿਹੜਾ ਉਹ ਬਿਆਨ ਲੱਗਿਆ ਹੋਇਆ ਅਖਬਾਰਾਂ ਦੇ ਵਿੱਚ ਆਪਾਂ ਕਾਂਗਰਸ ਦੀ ਓਵਰਆਲ ਕਾਰਗੁਜ਼ਾਰੀ ਦੇਖੀਏ ਤਦ ਤੁਹਾਡਾ ਉਸ ਤੇ ਕੀ ਕਹਿਣਾ ਦੇਖੋ ਸੁਖਵਿੰਦਰ ਇਹ ਸਿੱਧੀ ਗੱਲ ਹੈ ਜਦੋਂ ਕਿਸਾਨ ਜਿਹੜੇ ਉੱਥੇ ਬੈਠੇ ਨੇ ਉਹ ਨਕਾਰ ਰਹੇ ਨੇ ਚੀਜ਼ ਨੂੰ ਤੁਸੀਂ ਪਰਚੋਲ ਕਰੋਗੇ ਕੀ ਪਰਚੋਲ ਕਰੋ ਇਹਦੇ ਵਿੱਚ ਕੱਢਣ ਪਾਉਣ ਨੂੰ ਕੀ ਹੈ ਜਦੋਂ ਤੁਹਾਨੂੰ ਪਤਾ ਹੈ ਕਿ ਜਿਹੜੇ ਬੰਦੇ ਆਰਟੀਕਲ ਲਿਖਦੇ ਰਹੇ ਹਨ ਕਾਨੂੰਨਾਂ ਦੇ ਹੱਕ ਦੇ ਵਿੱਚ ਜਿਹੜੇ ਹੱਕ ਦੇ ਵਿੱਚ ਬੋਲਣ ਵਾਲੇ ਬੰਦੇ ਨੇ ਉਹਨਾਂ ਦੇ ਨਾਮਾਂ ਦੀ ਰਿਕਮੈਂਡੇਸ਼ਨ ਹੋਈ ਉਹਨਾਂ ਦੀ ਕਮੇਟੀ ਬਣੀ ਗਠਿਤ ਕਰਤੀ ਜੀ ਕਮੇਟੀ ਦੇ ਕੇ ਪੇਸ਼ ਹੋਣ ਲਈ ਵੀ ਕਿਹਾ ਗਿਆ ਠੀਕ ਹੈ ਤੇ ਉਹਨਾਂ ਬੰਦਿਆਂ ਦੀ ਅੱਗੇ ਪਰਚੋਲ ਤੁਸੀਂ ਕੀ ਕਰਨਾ ਇੱਕ ਖਾਨਾ ਪੂਰਤੀ ਹੈ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਅਸੀਂ ਵੀ ਕਰ ਰਹੇ ਹਾਂ ਇਹਦੇ ਵਿੱਚ ਕਰਨ ਨੂੰ ਕੀ ਆ ਕਿਸਾਨ ਨਕਾਰ ਰਹੇ ਨੇ ਤੁਸੀਂ ਪਰਚੋਲ ਕਰਕੇ ਕੀ ਕਿਸਾਨਾਂ ਨੂੰ ਕਹੋਗੇ ਵੀ ਹਾਂ ਪੇਸ਼ ਹੋ ਜਾਓ ਤੁਹਾਡੀ ਗੱਲ ਮੰਨਣਗੇ ਉਹ ਐਵੇਂ ਇਹ ਗੱਲਾਂ ਸਿਰਫ ਬਿਆਨਬਾਜ਼ੀ ਤੱਕ ਸੀਮਤ ਨੇ ਉਹੀ ਆ ਵੀ ਲੋਕਾਂ ਨੂੰ ਵਰਗਲਾਉਣਾ ਪਰਵਾਉਣਾ ਜਾਲ ਸ਼ਬਦਾਂ ਦੇ ਜਾਲ ਚ ਫਸਾਈ ਰੱਖਣਾ ਜਾਂ ਗੱਲ ਨੂੰ ਕੋਈ ਵਿਰੋਧੀ ਬੰਦਾ ਉੱਠ ਕੇ ਇਹਨਾਂ ਦਾ ਖਾਸ ਕਰ ਪੋਲੀਟੀਕਲ ਵਿਰੋਧੀ ਜਿਹੜਾ ਹੁੰਦਾ ਉਹ ਉੱਠ ਕੇ ਬੰਦਾ ਖੜਾ ਨਾ ਹੋ ਜਾ ਤੁਸੀਂ ਕੀ ਕੀਤਾ ਇਹ ਕਹਿ ਦੇਣਗੇ ਅਸੀਂ ਦੇਖੋ ਜੀ ਆਹ ਬਰਿਆਨ ਦਿੱਤਾ ਸੀ ਅਸੀਂ ਆਹ ਕਮੇਟੀ ਉਠਾਈ ਜੀ ਅਸੀਂ ਆਹ ਕਰਤਾ ਫੈਸਲਾ ਤਾਂ ਇਹਨਾਂ ਨੂੰ ਕਿਸਾਨਾਂ ਦੇ ਅਕੋਰਡਿੰਗ ਲੈਣਾ ਪੈਣਾ ਹੈ ਬਿਲਕੁਲ ਸਿਰਫ ਇੱਕ ਸਾਡੀ ਖਾਣਾ ਪੂਰਤੀ ਵੀ ਅਸੀਂ ਕਾਰਗੁਜ਼ਾਰੀ ਦਿਖਾਉਣ ਵਾਸਤੇ ਅਖਬਾਰਾਂ ਚ ਜਾਂ ਟੀਵੀ ਦੇ ਵਿੱਚ ਜਾਂ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਦੇ ਵਿੱਚ ਜਬ ਵੀ ਅਸੀਂ ਆਹ ਦੇਖੋ ਜੀ ਐਂ ਕਰਤਾ ਉਹ ਤਾਂ ਉੱਥੋਂ ਰਿਜ਼ਲਟ ਤਾਂ ਉੱਥੋਂ ਨਿਕਲਿਆ ਪਿਆ ਨਿਰਣਾ ਉੱਥੋਂ ਹੋ ਗਿਆ ਫੈਸਲਾ ਉੱਥੋਂ ਹੋ ਗਿਆ ਕਿਸਾਨਾਂ ਦਾ ਅੰਦੋਲਨ ਵਿੱਚ ਜਿਹੜਾ ਕੱਲ ਕਿਸਾਨ ਯੂਨੀਅਨਾਂ ਦੇ ਆਗੂਆਂ ਨੇ ਕਹਿ ਤਾ ਕਿ ਅਸੀਂ ਤਾਂ ਨਾ ਮੰਨਜ਼ੂਰ ਕਰਦੇ ਹਾਂ ਕਮੇਟੀ ਉਹਦੀ ਪਰਚੋਲ ਕਰਨ ਦੀ ਮਤਲਬ ਹੀ ਨਹੀਂ ਰਹ ਜਾਂਦਾ ਕੋਈ ਸੋਏ ਸਿਰਫ ਇੱਕ ਸਿਆਸੀ ਸਟੰਟ ਗਿਆ ਜਾ ਸਕਦਾ ਬਿਲਕੁਕੁਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿ ਪਰਦਾ ਸੀ ਆਪਣੇ ਵਾਲਾ ਉੱਤੇ ਪਾ ਕੇ ਅਸੀਂ ਕਹਿ ਦਈਏ ਕਿ ਅਸੀਂ ਕਿਸਾਨਾਂ ਦੇ ਹਮਾਇਤੀਆਂ ਜਾਂ ਕੁਝ ਵੀ ਆ ਜਦੋਂ ਜਿਵੇਂ ਸਾਫ਼ ਗੱਲ ਹੈ ਕਿ ਜਦੋਂ ਮਨਾਂ ਹੀ ਕਰ ਦਿੱਤਾ ਕਿਸਾਨਾਂ ਨੇ ਕਿ ਅਸੀਂ ਨਹੀਂ ਮਰਨਾ ਇਸ ਕਮੇਟੀ ਨੂੰ ਆਖਰੀ ਕਬਰ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਜੋ ਕੁਝ ਹੋ ਗਿਆ ਕਿਸਾਨਾਂ ਦਾ ਮਸਲਾ ਜਿਸ ਤਰ੍ਹਾਂ ਨਾਲ ਨਿਬੜ ਰਿਹਾ ਹੈ ਸਿਆਸਤ ਜਿਹੜੀ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅਖਬਾਰਾਂ ਵਿੱਚ ਇਹ ਚਰਚਾ ਹੈ ਕਿਸਾਨ ਇਹ ਗੱਲ ਕਹਿੰਦੇ ਨੇ ਕਿ ਇੱਕ ਪਾਸੇ ਤਾਂ ਕਾਂਗਰਸ ਸੀ ਦੂਜੇ ਪਾਸੇ ਅਕਾਲੀ ਦਲ ਵਾਲੇ ਉਹ ਸਾਡੇ ਧਰਨੇ ਨੂੰ ਇੱਕ ਤਰੀਕੇ ਨਾਲ ਹਾਈਜੈਕ ਕਰਨ ਦੀ ਕੋਸ਼ਿਸ਼ ਜਾਂ ਇਦਾਂ ਕਹਿ ਲਓ ਕਿ ਧਰਨੇ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਜੋ ਕਿਸਾਨ ਉੱਥੋਂ ਸੁਨੇਹਾ ਦਿੰਦੇ ਨੇ ਕਿ ਥੱਲੇ ਕੀ ਕਰਨਾ ਹੈ ਕਿਸ ਤਰ੍ਹਾਂ ਆਪਾਂ ਵਿਰੋਧ ਕਰਨਾ ਹੈ ਕਿਸ ਤਰ੍ਹਾਂ ਇਹਨਾਂ ਦਾ ਜਿਹੜਾ ਇਹਨਾਂ ਨੂੰ ਮਤਲਬ ਕਿ ਵਧਣ ਨਹੀਂ ਦੇਣਾ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਬਾਹਰ ਕੱਢਣਾ ਤੇ ਦੂਜੇ ਪਾਸੇ ਉਹਦੇ ਉੱਤੇ ਇਹ ਸਾਰੇ ਜਿਹੜੇ ਨੇ ਵਿੱਚ ਰਲ ਕੇ ਜਾ ਕੇ ਉੱਥੇ ਵਿਰੋਧ ਪ੍ਰਦਰਸ਼ਨ ਕਰਦੇ ਨੇ ਜਿਵੇਂ ਭਾਜਪਾ ਵਾਲਿਆਂ ਨੇ ਕਿਹਾ ਤਸਵੀਰਾਂ ਦਿਖਾਤੀਆਂ ਵੀ ਆ ਤਾਂ ਕਾਂਗਰਸੀ ਨੇ ਹੁਣ ਤਾਂ ਕਿਸਾਨ ਵੀ ਕਹਿ ਰਹੇ ਨੇ ਕਿ ਸਾਡੇ ਧਰਨਿਆਂ ਦੇ ਵਿੱਚ ਸਾਡੇ ਪ੍ਰਦਰਸ਼ਨਾਂ 'ਚ ਕੁਸਪੈਟ ਕਰਨ ਦੀ ਕੋਸ਼ਿਸ਼ ਕਰਦੇ ਨੇ ਵਿੱਚ ਆ ਜਾਂਦੇ ਨੇ ਉੱਥੇ ਆ ਕੇ ਖਲਲ ਮਚਾ ਦਿੰਦੇ ਨੇ ਬਦਨਾਮ ਕਿਸਾਨ ਹੋ ਜਾਂਦੇ ਨੇ ਹੁਣ ਤਾਂ ਸਾਫ ਸਾਹਮਣੇ ਆ ਸੁਖਵਿੰਦਰ ਜੀ ਇਹਦੇ ਵਿੱਚ ਆਪਾਂ ਜਿਹੜਾ ਕਹਿੰਦਾ ਵੀ 100 ਹੱਥ ਰੱਸਾ ਸਿਰੇ ਤੇ ਗੰਢ ਉਹ ਗੱਲ ਇਹ ਆ ਕਿ ਸਿਆਸੀ ਰੋਟੀਆਂ ਸੇਕ ਰਹੇ ਆ ਅੰਦਰੋਂ ਸਾਰੇ ਇੱਕੋ ਹੁੰਦੇ ਨੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਬੰਦੇ ਹੁੰਦੇ ਨੇ ਜਿਹੜੇ ਇਹਨਾਂ ਚੋਣਾ ਲੜਨੀਆਂ ਜਾਂ ਲੜ ਚੁੱਕੇ ਨੇ ਜਾਂ ਲੰਮੇ ਚੰਮੇ ਤੋਂ ਲੜਦੇ ਆ ਰਹੇ ਨੇ ਉਹ ਘਰਾਣੇ ਹੁੰਦੇ ਨੇ ਉਹ ਉਹਨਾਂ ਦਾ ਆਪਸੀ ਇੱਕ ਰਾਜਨੀਤਿਕ ਸਾਂਝ ਹੁੰਦੀ ਆ ਜਿੱਥੇ ਉਹਨਾਂ ਨੂੰ ਲੋਡ ਪੈਂਦੇ ਇੱਕ ਦੂਜੇ ਦਾ ਸਾਥ ਸਾਥ ਦਿੰਦੇ ਨੇ ਉਹ ਸੋ ਇਹ ਜਿਹੜਾ ਤੁਸੀਂ ਕੀ ਹੈ ਕਿ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ 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 ਹੁਣ ਦੇ ਹੀ ਕੀਤੀ ਜਾ ਰਹੀ ਹੈ ਇਹ ਜਦੋਂ ਤੋਂ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਹੀ ਕੀਤੀ ਜਾ ਰਹੀ ਹੈ ਕਦੇ ਸਟੇਜਾਂ ਤੇ ਆਪਣੇ ਆਪਣੇ ਬੰਦੇ ਭੇਜੇ ਜਾਂਦੇ ਆ ਕਦੇ ਗਰੁੱਪ ਧੜੇਬੰਦੀ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪਣੇ ਬੰਦੇ ਭੇਜ ਕੇ ਉੱਥੇ ਕਦੇ ਲਾਗ ਧਰਨਾ ਲਾ ਕੇ ਸ਼ੁਰੂ ਕੀਤਾ ਜਾਂਦਾ ਕਦੇ ਕੋਸ਼ਿਸ਼ ਕਦੇ ਕੋਸ਼ਿਸ਼ ਕਦੇ ਕਿਸਾਨੀ ਬੁਰਕਾ ਪਾ ਕੇ ਜਿਹੜਾ ਉਹ ਥੱਲੇ ਥੱਲੇ ਦਾ ਪਾਰਟੀਆਂ ਫਿਰਦੀਆਂ ਸਿਆਸਤ ਹੀ ਚੱਲ ਹਾਂ ਬਿਲਕੁਲ 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 ਬਸ ਤੁਸੀਂ ਐ ਕਹੋ ਕਿ ਕਿਸਾਨੀ ਅੰਦ ਸੀ ਮਕਸਦ ਮੁਫਾਦ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਇਹ ਇਹਦੇ ਵਿੱਚ ਤੁਸੀਂ ਅਮ ਗੱਲ ਤਾਂ ਇੰਨੀ ਕੁ ਬਣਦੀ ਸੀ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਸੀਗਾ ਉਦੋਂ ਤੋਂ ਲੈ ਕੇ ਇਹਨਾਂ ਦੀ ਆਪਦੀ ਕਾਰਗੁਜ਼ਾਰੀ ਕੀ ਰਹੀ ਆ ਇਹ ਆਪਣੀ ਕਾਰਗੁਜ਼ਾਰੀ ਦੱਸਣ ਲੋਕਾਂ ਜਾ ਕੇ ਕਿ ਅਸੀਂ ਅਸੀਂ ਤੁਹਾਡੇ ਲਈ ਆਹਾ ਕੀਤਾ ਕਿਸਾਨਾਂ ਦੇ ਅੰਦੋਲਨ ਦੇ ਲਈ ਸੀ ਆਹਾ ਕੀਤਾ ਹੁਣ ਤਾਂ ਜਾ ਕੇ ਜਿਵੇਂ ਭਾਜਪਾ ਕਹਿੰਦੀ ਹੈ ਕਿ ਇਹ ਸਾਰਾ ਵਿਰੋਧੀ ਧਿਰਾਂ ਦਾ ਇਹ ਉਸ ਨੂੰ ਸਬੂਤ ਵੱਲੋਂ ਮੋਹਰ ਲਾ ਰਹੇ ਨੇ ਉਹਦੇ ਤੇ ਆਪ ਜਾ ਕੇ ਉਹ ਜਿੱਥੇ ਕਿਤੇ ਕਿਸਾਨ ਜਾਂਦੇ ਨੇ ਜਾਂ ਵਿਰੋਧ ਕਰਦੇ ਨੇ ਉਹਨਾਂ ਤੋਂ ਬਾਅਦ ਆਪਣਾ ਬੰਦੇ ਭੇਜ ਕੇ ਉੱਥੇ ਹੱਲਾ ਗੁੱਲਾ ਮਚਾ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਜਾਂ ਜਿਹੜੀ ਭਾਜਪਾ ਗੱਲ ਕਹਿ ਰਹੀ ਹੈ ਤਾਂ ਕਿ ਕੋਰਟਾਂ ਦੇ ਵਿੱਚ ਜਦੀ ਸਾਬਤ ਕਰ ਸਕੇ ਉਹਦੇ ਅੱਗੇ ਉਹਦਾ ਸਾਥ ਦੇ ਰਹੇ ਨੇ ਇਹ ਬੰਦੇ ਇਹਨਾਂ ਨੂੰ ਨਾਲ ਦੋਨੋਂ ਦੋਨੋਂ ਫਾਇਦੇ ਹੋ ਰਹੇ ਨੇ ਕਿ ਤਾਂ ਭਾਜਪਾ ਦਾ ਸਾਥ ਦਿੱਤਾ ਜਾ ਰਿਹਾ ਦੂਜਾ ਇਹ ਲੋਕਾਂ ਦੇ ਵਿੱਚ ਆਪਣੀ ਵੋਟਾਂ ਪੱਕੀਆਂ ਕਰਨ ਵਾਸਤੇ ਗੁజర్ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਤੀਜਾ ਬਦਨਾਮ ਕਰਨ ਵਾਸਤੇ ਅੰਦੋਲਨ ਨੂੰ ਹੁੱਲੜਬਾਜੀ ਕਰਦੇ ਨੇ ਜਿਹੜੇ ਉਹ ਉਹ ਵੀ ਅੱਗੇ-ਅੱਗੇ ਹੋਣੀ ਆ ਹੁਣ ਹੋਰ ਕਿਉਂਕਿ ਕੋਰਟ ਦੇ ਵਿੱਚ ਉਹ ਜਾ ਕੇ ਸਬੂਤ ਪੇਸ਼ ਕਰਨ ਵਾਸਤੇ ਉਹਨਾਂ ਨੂੰ ਚਾਹੀਦਾ ਹੀ ਆ ਉਹ ਹੁਣ ਆਪ ਤਾਂ ਇਹ ਘਰਾਂ ਦੇ ਵਿੱਚ ਬੈਠਣਗੇ ਵੱਡੇ ਲੀਡਰ ਲੇਕਿਨ ਇਹਨਾਂ ਨੇ ਜਿਹੜੇ ਬੰਦੇ ਦੀ ਡਿਊਟੀਆਂ ਲਾਈਆਂ ਨੇ ਉਹ ਬਾਗ ਲੈ ਕੇ ਕਾਂਗਰਸੀ ਕਾਲੀ ਜਾਂ ਹੋਰ ਝੰਡੇ ਲੈ ਕੇ ਉਹਨਾਂ ਨੇ ਜਾ ਕੇ ਆਪਣੀ ਇੱਕ ਤਾਂ 65 ਜਮਾਨੀਆਂ ਵੀ ਅਸੀਂ ਆਂ ਜੀ ਜਿਵੇਂ ਹੁਣ ਪਿੱਛੇ ਸੁਖਵੀਰ ਨੇ ਵੀ ਕਹਿਤਾ ਸੀ ਕਿ ਸਾਡੇ ਬੰਦੇ ਨੇ ਜੀ ਸ਼ਹੀਦੀਆਂ ਪਾਉਣ ਵਾਲੇ ਬੰਦੇ ਨੇ ਹਰਜਿੰਦਰ ਕੋਰ ਬਾਦਲ ਕਹਿੰਦੇ ਕਿ ਜਦੋਂ ਮੈਂ ਬਿਆਨ ਦਿੱਤਾ ਉਹ ਤੋਂ ਬਾਅਦ ਪੱਕਿਆ ਇਹ ਅੰਦੋਲਨ ਤੇ ਉਹ ਚੀਜ਼ਾਂ ਸਾਰੀਆਂ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਨਾ ਕਿਤੇ ਉਹੀ ਗੱਲ ਸਾਫ਼ ਹੈ ਕਿ ਬੀਜੇਪੀ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਹੋ ਰਹੀ ਸਿੱਧੇ ਤੌਰ ਤੇ ਬੀਜੇਪੀ ਨੂੰ ਫਾਇਦਾ ਦੇਣ ਦੀ ਕੋਸ਼ਿ ਹੱਕ ਚ ਵੀ ਨੇ ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਹੈਗੀਆਂ ਜੇ ਇੱਕ ਰਾਏ ਹੁੰਦੀ ਇਹਨਾਂ ਦੀ ਹੁਣ ਕਿੰਨੀਆਂ ਹੀ ਸਿਆਸੀ ਪਾਰਟੀਆਂ ਨੇ ਕਿੰਨੇ ਹੀ ਨੇ ਆਪ ਪਹਿਲਾਂ ਵੀ ਬੜੀ ਬੜੀ ਵਾਰ ਵਿਚਾਰ ਕੀਤਾ ਕਿ ਹੁਣ ਤੱਕ ਉਹਨਾਂ ਨੇ ਕੋਈ ਫੈਸਲਾ ਕਿਉਂ ਨਹੀਂ ਲਿਆ ਕੋਈ ਏਜੰਡਾ ਨਹੀਂ ਕੋਈ ਆਪਣਾ ਪਲੈਨਿੰਗ ਨਹੀਂ ਉਹ ਚੁੱਪ ਕਰਕੇ ਜਿੱਦਾ ਜੀ ਕਰਦਾ ਜਾ ਕੇ ਨਾਹਰਾ ਲਾ ਕੇ ਚੁੱਪ ਕਰਕੇ ਬਿਆਨ ਦੇ ਕੇ ਆਪਣੀ ਸ਼ਕਲ ਦਿਖਾ ਕੇ ਸੋਸ਼ਲ ਮੀਡੀਆ ਤੇ ਜਾ ਕੇ ਚੁੱਪ ਕਰਕੇ ਘਰੇ ਆ ਕੇ ਬੈਠ ਜਾਂਦਾ ਚਾਹੇ ਕੋਈ ਸੀ ਚਾਹੇ ਆਮ ਆਦਮੀ ਦੀ ਪਾਰਟੀ ਸੀ ਪੰਜਾਬ ਚ ਦੇਖ ਲਓ ਤੁਸੀਂ ਕੀ ਹਾਲ ਹੈ ਸਾਰੀਆਂ ਧਿਰਾਂ ਦਾ ਆਰਾਮ ਨਾਲ ਬੈਠੇ ਨੇ ਸੋ ਇਹ ਸਿਰਫ ਸਿਆਸੀ ਏਜੰਡੇ ਨਹੀਂ ਇਹਨਾਂ ਦੇ ਸਿਆਸੀ ਮੂਫਾਦ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਪ੍ਰਾਪਤੀ ਲਈ ਸਿਆਸੀ ਮਕਸਦਾਂ ਨੂੰ ਪੂਰਾ ਕਰਨ ਦੇ ਲਈ ਇੱਕ ਦੂਜੇ ਦਾ ਤੇ ਆਪਣਾ ਰਾਜਨੀਤਿਕ ਧਰਮ ਨਿਭਾਉਂਦੇ ਰਹੇ ਨੇ ਉਹ ਨਿਭੰਦੇ ਰਹਿਣਗੇ ਵੀ ਜੀ ਸ਼ੁਕਰੀਆ ਧੰਨਵਾਦ ਸੋ ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਦੇ ਲਈ ਫਿਲਹਾਲ ਇਹ ਨਈ ਕਿਸਾਨੀ ਅੰਦੋਲਨ ਨੂੰ ਲੈ ਕੇ ਕੀ ਕੁਝ ਅਪਡੇਟ ਸਾਹਮਣੇ ਆਉਂਦੀ ਹੈ ਉਹ ਲਗਾਤਾਰ ਅਸੀਂ ਤੁਹਾਨੂੰ ਲੋਕਰਾਂ ਚੈਨਲ ਪੰਜਾਬੀ ਦੇ ਉੱਤੇ ਤੁਹਾਡੇ ਰੂਬਰੂ ਕਰਦੇ ਆ ਜਿਹੜੇ ਮਾਹਰ ਹੁੰਦੇ ਨੇ ਉਹਨਾਂ ਦੀ ਰਾਏ ਕੀ ਹੈ ਉਹ ਸਭ ਤੁਹਾਡੇ ਰੂਬਰੂ ਕਰਦੇ ਆ ਹੁਣ ਮੈਨੂੰ ਇਜਾਜ਼ਤ ਦਿਓ ਲੋਕਰਾਂ ਚੈਨਲ ਪੰਜਾਬ ਨੂੰ ਸਬਸਕ੍ਰਾਈਬ ਕਰੋ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਕਿਸਾਨੀ ਅੰਦੋਲਨ ਬਾਰੇ ਤੇ ਇਸ ਦੇ ਵਿਚਾਰੇ ਹੋ ਰਹੀ ਸਿਆਸਤ ਬਾਰੇ ਤੁਹਾਡਾ